ਲੈ ਵੀ ਸੱਜਣੋ ਸਾਡੇ ਪਿੰਡ ਵਾਲੇ ਢਾਲੀਵਾਲ ਸਰਪੰਚ ਜਗਸੀਰ ਸਿੰਘ ਦੇ ਘੋੜੇ ਦਿਖਾਉਣੇ ਆ ਤੁਹਾਨੂੰ ਆ ਲੈ ਵੀ ਅਵਲਕ ਘੋੜੀ ਆ ਹਮ ਲੋ ਇਹ ਘੋੜੀ ਬਸ 15 ਬੀਹਾਂ ਦੇਣਾ ਨੂੰ ਸੂਣ ਵਾਲੀ ਘੋੜੀ ਆ ਇਹ ਅਵਲਕ ਘੋੜੀਆ ਪਿੱਛੇ ਨੇ ਬੱਚਾ ਬਹੁਤ ਚੰਗਾ ਦਿੱਤਾ ਸੀਗਾ ਤੇ ਇਹ ਘੋੜੀ ਬਕਾਊ ਆ ਸਰਪੰਚ ਸਾਹਿਬ ਨਾਲ ਵਪਾਰ ਕਰਦੇ ਆ ਘੋੜਿਆਂ ਦਾ ਸਾਡੇ ਪਿੰਡ ਦੇ ਸਰਪੰਚ ਸਾਹਿਬ ਵਪਾਰ ਕਰਦੇ ਆ ਘੋੜਿਆਂ ਦੇ ਤੇ ਪੁਰਾਣੇ ਵਪਾਰੀ ਆ ਤੇ ਉਹਨਾਂ ਕੋਲੇ ਆ ਘੋੜੀ ਐ ਥੋੜੇ ਦਿਨਾਂ ਤੱਕ ਸੂਣ ਵਾਲੀ ਐ ਡਾਇਮੰਡ ਘੋੜੇ ਤੋਂ ਗੱਬਣਾ ਡਾਇਮੰਡ ਘੋੜਾ ਜਿਹੜਾ ਸ਼ੇਰੇ ਕੋਲੇ ਆ ਰਸੂਲਪੁਰ ਵਾਲੇ ਕੋਲੇ ਉਹ ਵੀ ਇਹਨਾਂ ਦਾ ਰਿਸ਼ਤੇਦਾਰ ਹੀ ਆ ਉਹ ਵੀ ਇੰਡੀਆ ਦਾ ਬਹੁਤ ਵੱਡਾ ਵਪਾਰੀ ਆ ਉਹਦੇ ਕੋਲੇ ਡਾਇਮੰਡ ਘੋੜਾ ਉਹਦੇ ਤੋਂ ਗੱਬਣਾ ਕੁਛ ਦੇਣਾ ਚੀ ਸੂਣ ਵਾਲੀ ਆ ਤੇ ਉਹ ਡਾਇਮੰਡ ਘੋੜਾ ਜਿਹੜਾ ਉਹ ਸੱਬੇ ਰੌਕਿਆਂ ਵਾਲੇ ਦਾ ਬੱਚਾ ਤੇ ਸੱਬੇ ਰੌਕਿਆਂ ਵਾਲੇ ਦਾ ਜਿਹੜਾ ਘੋੜਾ ਸੀ ਉਹ ਅਬੌਰ ਵਾਲੇ ਦਾ ਬੱਚਾ ਆਪਾਂ ਇਹ ਕਹਿੰਦੇ ਵੀ ਅਬੌਰ ਵਾਲੇ ਘੋੜੇ ਦੇ ਪੋਤਰੇ ਤੋਂ ਇਹ ਘੋੜੀ ਸੂਨ ਵਾਲੀ ਆ ਬਹੁਤ ਚੰਗੇ ਬੱਚੇ ਪੈਦਾ ਕਰਦਾ ਉਹਦੇ ਬੱਚਿਆਂ ਦਾ ਇੱਕ ਨਮੂਨਾ ਜਿਹੜਾ ਮੈਂ ਤੁਹਾਨੂੰ ਦਿਖਾ ਦੂੰਗਾ ਘੋੜੀ ਦਰਮਿਆਨੇ ਕੱਦ ਦੀ ਐ ਸੱਜਣੋ ਤੇ ਦਿਨਾਂ ਤੇ ਸੂਨ ਵਾਲੀ ਆ ਜੇ ਕੋਈ ਸੱਜਣ ਖਰੀਦਣਾ ਚਾਹੁੰਦਾ ਤਾਂ ਖਰੀਦ ਵੀ ਸਕਦਾ ਹੈ ਜਾਨਵਰ ਹੋਰ ਵੀ ਆ 2-4 ਉਹ ਵੀ ਤੁਹਾਨੂੰ ਦਿਖਾਉਣਾ ਪਹਿਲਾਂ ਮੈਂ ਤੁਹਾਨੂੰ ਚਾਰ ਛਪੇਰੇ ਤੋਂ ਘੋੜੀ ਦਿਖਾ ਦਿਆਂ ਕਿ ਘੋੜੀ ਕਿਸ ਤਰ੍ਹਾਂ ਦੀ ਆ ਸੱਜਣੋ ਤੇ ਬਾਕੀ ਤੁਹਾਨੂੰ ਇੱਕ ਮੈਂ ਬਸ਼ੇਰੀ ਦਿਖਾਉਣਾ ਜਿਹੜੇ ਘੋੜੇ ਤੋਂ ਇਹ ਸੂਣ ਵਾਲੀ ਆ ਉਸੇ ਘੋੜੇ ਦੀ ਬੱਚੀ ਇੱਕ ਤੁਹਾਨੂੰ ਬਸ਼ੇਰੀ ਦਿਖਾਉਣਾ ਆਹ ਬਸ਼ੇਰੀ ਆ ਇਹਨਾਂ ਕੋਲੇ ਇਹ ਵੀ ਵੇਚਣੀ ਆ ਇਹ ਵੀ ਦੇ ਦੇਣਗੇ ਇਹ ਵੀ ਡਾਇਮੰਡ ਦੀ ਆ ਇਹ ਬਸ਼ੇਰੀ ਵੀ ਡਾਇਮੰਡ ਦੀ ਆ ਇਸ ਘੋੜੀ ਦੀ ਨਹੀਂ ਇਹ ਤਾਂ ਛੋਟੀ ਹੋਈ ਆ ਉਮਰ ਦੀ ਸਰਪੰਚ ਸਾਹਿਬ ਹੁਣ ਦੱਸਿਆ ਕਹਿੰਦੇ 4 1/2 ਮਹੀਨਿਆਂ ਦੀ ਐ ਇਹ ਤੇ ਇਸ ਪੌਟਲੈਸ ਆ ਬਿਸ਼ੇਰੀ ਤੇ ਕੰਨਾਂ ਕੋ ਉਹਨਾਂ ਦੀ ਬਹੁਤ ਸੋਹਣੀ ਆ ਉਹ ਜਿਹੜਾ ਘੋੜਾ ਹੈ ਨਾ ਡਾਇਮੰਡ ਤੇ ਉਹ ਸੋਹਣੇ ਬੱਚੇ ਪੈਦਾ ਕਰਨ ਵਾਲੇ ਮਸਲੇ ਤੇ ਤਾਂ ਉਹ ਤੈ ਹੀ ਤੋੜ ਦਿੰਦਾ ਸੋਹਣੇ ਤਾਂ ਮਤਲਬ ਉਹਦੇ ਬੱਚੇ ਬਹੁਤ ਹੀ ਜ਼ਿਆਦਾ ਸੋਹਣੇ ਤੇ ਸਿਆਣੇ ਬੱਚੇ ਉਹਦੇ ਬਹੁਤ ਆਉਂਦੇ ਆ ਠੀਕ ਹੈ ਜੀ ਉਹ ਮੇਰੀ ਕਾਲੀ ਵਾਲਾ ਖਾਨਦਾਨ ਆ ਉਹ ਮੇਰੀ ਕਾਲੀ ਦਾ ਭਰਾ ਏ ਪਿਓ ਵਾਲੇ ਪਾਸੇ ਤੇ ਆ ਉਹਦੀ ਬੱਚੀ ਆ ਸਰਪੰਚ ਸਾਹਿਬ ਕੋਲੇ ਸਪੌਟਲੈਸ ਆ ਬਿਲਕੁਲ ਕੋਈ ਸਪੌਟ ਐ ਨਹੀਂ ਗਾ ਦੇ ਉੱਪਰ ਤੇ ਵੀ ਜੇ ਕੋਈ ਸਾਜਣ ਇਹਦੇ ਇਹਦਾ ਵੀ ਕੋਈ ਕਰਨਾ ਚਾਹੁੰਦਾ ਸੌਦਾ ਤੇ ਇਹਦਾ ਸੌਦਾ ਵੀ ਕਰ ਸਕਦੇ ਆ ਕੰਨਕੁਨ ਤੁਸੀਂ ਦੇਖ ਲਓ ਕੰਨਾ ਗੁਰਨਾਲੇ ਪਾਸਿਓ ਤਾਂ ਉਸ ਘੋੜੇ ਦੇ ਮਤਲਬ ਬੱਚਿਆਂ ਚ ਤੈ ਹੀ ਤੋੜ ਦਿੰਦਾ ਉਹ ਇਸ ਪੱਖੋਂ ਤਾਂ ਮਤਲਬ ਉਹਦੀ ਤਸੱਲੀ ਹੋਈ ਹੁੰਦੀ ਆ ਉਸ ਘੋੜੇ ਦੀ ਤੇ ਆ ਮੰਨ ਲਓ ਇੱਕ ਹੈਗਾ ਆ ਬਸ਼ੀਰਾ ਇਹਨਾਂ ਕੋਲੇ ਨੋਕਰਾ ਇਹ ਵੀ ਬੱਚਾ ਸਪੌਟਲੈਸ ਹੈ ਇਹ ਹੁਣ ਦੋ ਦੰਦ ਹੋ ਗਿਆ ਇਹ ਤੇ ਜੇ ਕੋਈ ਲੈਣਾ ਚਾਵੇ ਸਟੱਡ ਸਰਵਿਸ ਤੇ ਸਟੱਡ ਸਰਵਿਸ ਵੀ ਲੈ ਸਕਦੇ ਆ ਤੁਸੀਂ ਤੇ ਜੇ ਕੋਈ ਸੌਦਾ ਕਰਨਾ ਚਾਹੁੰਦਾ ਤਾਂ ਸੌਦਾ ਵੀ ਕਰ ਸਕਦੇ ਮਨ ਲੋ ਤੁਸੀਂ ਇਹ ਸਰਪੰਚ ਸਾਹਿਬ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਬਈ ਇਹ ਭਾਈ ਹੈਗਾ ਨੂਰੇ ਦਾ ਬੱਚਾ ਤੇ ਇਹਦੇ ਬਾਰੇ ਇੱਕ ਜਾਣਕਾਰੀ ਸਰਪੰਚ ਸਾਹਿਬ ਹੋਣਾ ਨੇ ਹੋਰ ਦਿੱਤੀ ਹੈ ਭਾਈ ਨੇ ਉਹ ਦਿੱਤੀ ਹੈ ਇਹ ਕਿ ਭਾਈ ਇਹਦੀ ਜਿਹੜੀ ਮਾਂ ਹੈ ਉਹ ਮੈਂਟੂ ਵਾਲੇ ਕੋੜੇ ਦੀ ਆ ਤੇ ਬਾਕੀ ਤੁਸੀਂ ਕੋਈ ਵੀ ਕਨਫਰਮ ਜੇ ਜੋ ਕੋਈ ਗੱਲਬਾਤ ਤੁਹਾਡੇ ਮਨ 'ਚ ਹੋਵੇ ਪੁੱਛਣੀ ਹੋਵੇ ਤਾਂ ਤੁਸੀਂ ਸਰਪੰਚ ਸਾਹਿਬ ਤੋਂ ਪੁੱਛ ਸਕਦੇ ਆ ਜੇ ਕਿਸੇ ਨੇ ਕੋਈ ਸੌਦਾ ਕਰਨਾ ਤੇ ਉਹ ਦੇ ਵੀ ਦੇਣਗੇ ਕਿਉਂਕਿ ਵਪਾਰੀ ਆ ਵਪਾਰ ਕਰਨ ਵਾਲਿਆਂ ਦਾ ਜਾਨਵਰ ਜੇ ਦੇਤਾ ਤਾਂ ਭਾਲ ਹੀ ਲਿਆਉਣਾ ਹੁੰਦਾ ਉਹਨਾਂ ਦਾ ਕੰਮ ਹੁੰਦਾ ਹਮੇਸ਼ਾ 5 4 7 ਜਾਨਵਰ ਇਹਨਾਂ ਦੇ ਘਰੇ ਰਹਿੰਦੇ ਹੀ ਰਹਿੰਦੇ ਆ ਤੇ ਸ਼ੇਰੇ ਵਪਾਰੀ ਦੇ ਰਿਸ਼ਤੇਦਾਰ ਆ ਤੇ ਸ਼ੇਰੇ ਦੇ ਘਰੇ ਤਾਂ ਤੁਹਾਨੂੰ ਪਤਾ ਵੀ 40 50 ਖੜੇ ਰਹਿੰਦੇ ਆ ਹਰ ਵਕਤ ਸੱਜਣੋ ਤੇ ਵੀਡੀਓ ਕਰ ਦਿਓ ਸ਼ੇਅਰ ਆਪਣੇ ਪੈਂਡ ਵਾਲਿਆਂ ਨੂੰ ਖਾਸ ਤੌਰ ਤੇ ਬੇਨਤੀ ਹੈ ਲੋਪ ਵਾਲਿਆਂ ਨੂੰ ਵੀ ਜਦੋਂ ਆਪਣੇ ਪੈਂਡ ਦੇ ਘੋੜਿਆਂ ਦਾ ਸਵਾਲ ਆ ਆਪਣੇ ਸਰਪੰਚ ਸਾਹਿਬ ਦੇ ਘੋੜਿਆਂ ਦਾ ਸਵਾਲ ਆ ਫੇਰ ਆਪਣੇ ਸਾਰੇ ਪਿੰਡ ਵਾਲਿਆਂ ਦਾ ਹੱਕ ਬਣਦਾ। ਵੀ ਘੱਟੋ ਘੱਟ ਤੁਸੀਂ ਸਾਰੇ ਜਾਣੇ ਜਿਵੇਂ ਵੋਟਾਂ ਪਾਈਆਂ ਸੀ। ਜਿਵੇਂ ਸਰਪੰਚ ਨੂੰ ਵੋਟਾਂ ਪਈਆਂ ਸੀ ਨਾ ਟੈੜ-ਤੈੜ। ਵੀ ਉਵੇਂ ਹੀ ਮੇਰੇ ਹਿਸਾਬ ਨਾਲ ਤੁਹਾਨੂੰ ਹੁਣ ਸ਼ੇਅਰ ਵੀ ਉਸੇ ਹਿਸਾਬ ਨਾਲ ਹੀ ਪੈਣੇ ਚਾਹੀਦੇ ਆ ਇਹ ਵੀਡੀਓ ਤੇ। ਜਿਹੜੇ ਸਰਪੰਚ ਸਾਹਿਬ ਦੇ ਸਪੋਰਟਰ ਆ ਜਰੂਰ ਸ਼ੇਅਰ ਕਰਿਓ। ਵੀਡੀਓ ਨੂੰ ਪਹੁੰਚਦੀ ਕਰਿਓ। ਜੇ ਕਿਸੇ ਸੱਜਣ ਨੂੰ ਚਾਹੀਦਾ ਜਾਨਵਰ ਤੇ ਮੱਲੋ ਕਰ ਸਕਦੇ ਆ ਸੌਦਾ। ਨੰਬਰ ਤੁਹਾਡੇ ਸਕਰੀਨ ਤੇ ਦਿਖ ਰਿਹਾ ਜਿਉਂ ਦੇ ਬਾਦ ਦਿਓ